ले आऊंगा। जी एक एफ आई आर रजिस्टर हुई थी 119 नंबर अंडर सैक्शन 376 भी एक लेडी ने कोई एफ आई आर लॉन्च करवाई थी स्टेटमेंट दे के भी कोई नीरज कुमार नाम का लड़का उन्हें उद्देश जोड़ा है रेप किया जी इन्वैसटीगेशन फरदर जोड़े फैक्ट्स जोड़े है सामने आए हैं वो जोड़ा है डिसअप्रूव हुई वो चीज़ तो डॉक्यूमेंट्री एस्टैबलिश करके जोड़े है साढ़े वालों इन्वैसटीगेशन करके जोड़ा है उस लेडी के खिलाफ जोड़ा है अंडर सैक्शन 384 एक्सटॉशन का जोड़ा है वादा करके तो वो 376 का घाटा करके जोड़ा है वो अरैसट पाई गई है तो वो संबंध में जोड़ा है मतलब दसा गया ਕਿੰਨਾ ਪੁਰਾਣਾ ਮਾਮਲਾ ਹੈ ਜੀ ਤੇ ਕੀ ਐਲੀਗੇਸ਼ਨ ਕੀ ਲਾਏ ਸੀ ਇਹ ਲਗਭਗ 50 ਦਿਨ ਪੁਰਾਣਾ ਹੈ ਜਿਹੜੀ ਹੈਗੀ ਐਫ ਆਈ ਆਰ ਹੋਣੀ ਹੈ ਲੇਡੀ ਨੇ ਐਲੀਗੇਸ਼ਨ ਲਾਈ ਸੀਗੀ ਵੀ ਜਿਹੜੇ ਇੱਕ ਲੜਕੇ ਨੇ ਜਿਹੜਾ ਹੈਗਾ ਉਹਦਾ ਮਤਲਬ ਰੇਪ ਕੀਤਾ ਜਿਹਦੇ ਸੰਬੰਧ ਵਿੱਚ ਅਸੀਂ ਕਾਫੀ ਡਾਕੂਮੈਂਟਰੀ ਐਵੀਡੈਂਸ ਇਕੱਠਾ ਕੀਤਾ ਜਿਹੜੇ ਹੋਟਲਸ ਦੀਆਂ ਫੁਟੇਜਸ ਸੀਗੀਆਂ ਕਈ ਵਿੱਚ ਰਿਕਾਰਡਿੰਗਸ ਸੀਗੀਆਂ ਜਿਹੜੀਆਂ ਉਹਨਾਂ ਦੇ ਬਿਹਾਫ ਦੇ ਉੱਪਰ ਜਿਹੜਾ ਹੈਗਾ ਅਸੀਂ 376 ਦਾ ਜਿਹੜਾ ਹੈਗਾ ਕੇਸ ਆ ਕੈਂਸਲ ਕਰਕੇ ਤੇ ਜਿਹੜਾ ਹੈਗਾ ਬਲੈਕਮੇਲਿੰਗ ਤੇ ਐਕਸਟ੍ਰੈਕਸ਼ਨ ਦਾ ਜਿਹੜਾ ਹੈਗਾ ਕੇਸ ਉਸ ਲੇਡੀ ਦੇ ਖਿਲਾਫ ਕਰਕੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਅਤੇ ਉਹਦੇ ਜਿਹੜੇ ਹੈਗਾ ਅਰੈਸਟ ਕੀਤਾ ਗਿਆ ਇਸ ਮਸਲੇ ਦੇ ਵਿੱਚ ਅਤੇ ਨਾਮ ਕੀ ਨਾਮ ਜੀ ਥੋੜ੍ਹਾ ਜਿਹਾ ਪ੍ਰੋਹਿਬਿਟਡ ਆ ਇਹ ਲਾਅ ਦੇ ਅੰਡਰ ਹਜੇ ਅਸੀਂ ਨਹੀਂ ਦੱਸ ਸਕਦੇ ਨਾਮ ਉਹਦਾ ਕਿਸ ਤਰ੍ਹਾਂ ਦੀ ਬਲੈਕਮੇਲਿੰਗ ਕਰਦੀ ਸੀ ਇਹ ਜੀ ਪਹਿਲਾਂ ਉਹਦੇ ਨਾਲ ਮਤਲਬ ਲਾਈਕ ਇਹ ਕੋਈ ਵਹਿਮਾ ਭਰਮਾਂ ਵਿੱਚ ਪਾ ਕੇ ਉਹਨੂੰ ਅਤੇ ਉਹਦੇ ਤੋਂ ਕੁਛ ਜਿਹੜੇ ਹੈਗੇ ਪੈਸੇ ਪੂਸੇ ਵੀ ਲੈਂਦੀ ਰਹੀ ਹੈ ਅਤੇ ਫਰਦਰ ਵੀ ਜਿਹੜੀ ਇਹ ਤੋਂ ਡਿਮਾਂਡ ਕੀਤੀ ਸੀਗੀ ਅਤੇ ਕਈ ਜਿਹੜੀ ਪਹਿਲਾਂ ਵੀ ਸੈਟਲਮੈਂਟ ਇਹਨਾਂ ਦੇ ਵਿੱਚ ਹੋਈ ਸੀਗੀ ਪੈਸੇ ਨੂੰ ਲੈ ਕੇ ਜਿਹੜੀ ਪੂਰੀ ਨਾ ਚੜ੍ਹਨ ਦੀ ਸੂਰਤ ਵਿੱਚ ਜਿਹੜਾ ਹੈਗਾ ਐਫ ਆਈ ਆਰ ਲੌਂਚ ਕਰਵਾਈ ਗਈ ਸੀਗੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਡਿਊਰੀ ਇਨਵੈਸਟੀਗੇਸ਼ਨ ਫੈਕਟ ਸਾਹਮਣੇ ਆਏ ਆ ਕਿਹੜੀ ਫੈਕਟਲੀ ਸਾਹਮਣੇ ਆਈ ਜੋ ਮਤਲਬ ਜਿਹੜੀ ਚੀਜ਼ਾਂ ਦੇ ਵਿੱਚ ਲੱਗਿਆ ਵੀ ਇਹ ਲੇਡੀਜ਼ ਦਾ ਹੀ ਮਤਲਬ ਇਹਨੇ ਪੂਰੀ ਪਲੈਨਿੰਗ ਨਾਲੇ ਕੰਮ ਕੀਤਾ ਹੈ ਇਹ ਕੁਝ ਰਿਕਾਰਡਿੰਗਸ ਆਈਆਂ ਜੀ ਸਾਨੂੰ ਕੁਝ ਪ੍ਰਾਇਰ ਇਹਨਾਂ ਦੀ ਹਿਸਟਰੀ ਸੀ ਕੰਪਲੇਂਟਸ ਦੀ ਜਿਹੜੀ ਪਹਿਲਾਂ ਦਿੱਤੀਆਂ ਸੀਗੀਆਂ ਇਹਨਾਂ ਨੇ ਕੁਝ ਉਹਨਾਂ ਦੇ ਵਿੱਚ ਸਟੇਟਮੈਂਟਸ ਦਿੱਤੀਆਂ ਸੀਗੀਆਂ ਜਿਹੜੀਆਂ ਮੇਲ ਨਹੀਂ ਖਾਂਦੀਆਂ ਸੀ ਮੇਨ ਸਟੇਟਮੈਂਟ ਨਾਲ ਫਰਦਰ ਮੋਰ ਜਿਹੜੇ ਹੈਗੇ ਹੋਟਲਸ ਦੇ ਜਿਹੜੇ ਹੈਗੇ ਆ ਜਿੱਥੇ ਸਟੇ ਕੀਤਾ ਗਿਆ ਇਹਨਾਂ ਤੋਂ ਪ੍ਰੋਪਰ ਜਿਹੜਾ ਹੈਗਾ ਉਹ ਕੀਤਾ ਗਿਆ ਬਾਕੀ ਥੋੜ੍ਹਾ ਜਿਹਾ ਇਹਨਾਂ ਦੇ ਲੜਕੇ ਅਤੇ ਲੜਕੀ ਦਾ ਏਜ ਦਾ ਬਹੁਤ ਡਿਫਰੈਂਸ ਸੀਗਾ ਲੜਕੀ ਦੀ ਏਜ ਅਪਰੋਕਸੀਮੇਟਲੀ 40 ਈਅਰਸ ਦੇ ਕਰੀਬ ਸੀ ਅਤੇ ਲੜਕਾ ਜਿਹੜਾ ਸੀਗਾ 22-23 ਸਾਲ ਦਾ ਸੀਗਾ ਥੋੜ੍ਹਾ ਜਿਹਾ ਤਾਂ ਉਹਨੂੰ ਮਿਸਗਾਈਡ ਕਰਕੇ ਜਿਹੜਾ ਹੈਗਾ ਯੂਜ਼ ਕੀਤਾ ਅਤੇ ਬਾਅਦ ਵਿੱਚ ਜਦੋਂ ਆਪਣਾ ਨਹੀਂ ਉਹਦੇ ਛੱਤਾਂ 'ਤੇ ਪੂਰਾ ਉਤਰਿਆ ਅਤੇ ਉਹਦੇ 'ਤੇ ਜਿਹੜਾ ਐਫ ਆਈ ਆਰ ਲੌਂਚ ਕਰਵਾ ਕੇ ਜਿਹੜੀ ਹੈਗੀ ਇੱਕ ਐਕਸਟ੍ਰੈਕਸ਼ਨ ਕਰਨ ਦਾ ਅਟੈਂਪਟ ਕੀਤਾ ਗਿਆ ਉਹਦੇ ਵੱਲੋਂ ਅਤੇ ਜਿਹਦੇ ਤਹਿਤ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੇ ਵਿੱਚ ਫੈਕਟਸ ਲਿਆ ਕੇ ਅਤੇ ਉਹਦੀ ਅਰੈਸਟ ਕੀਤੀ ਗਈ ਅੱਜ ਇੱਕ ਜਿਹੜਾ ਸਰ ਵਹਿਮਾਂ ਭਰਮਾਂ 'ਚ ਪਾਉਣ ਵਾਲੀ ਗੱਲ ਕੋਈ ਗੱਦੀ ਗੁੱਦੀ ਲਾਉਂਦੀ ਸੀ ਜਾਂ ਕੀ ਸੀ ਜਿਹੜਾ ਇਹ ਫੈਕਟਸ ਆ ਵੀ ਥੋੜ੍ਹਾ ਜਿਹਾ ਰਿਲੀਜੀਅਸ ਐਂਗਲ ਤੋਂ ਜਿਹੜਾ ਹੈਗਾ ਉਹਨੂੰ ਮਤਲਬ ਪਾਇਆ ਸੀਗਾ ਵੀ ਤੂੰ ਐਂ ਕਰੇਗਾ ਤਾਂ ਤੇਰਾ ਫਿਰ ਉਧਾਰ ਹੋਊਗਾ ਇਹ ਹੋਊਗਾ ਕੁਛ ਇਹੋ ਜਿਹੇ ਫੈਕਟਸ ਵੀ ਜਿਹੜੇ ਹੈਗੇ ਇਨਵੈਸਟੀਗੇਸ਼ਨ ਵਿੱਚ ਸਾਹਮਣੇ ਆਏ ਸੀਗੇ ਜਿਹੜੇ ਅਸੀਂ ਫਾਈਲ ਦੇ ਉੱਪਰ ਲੈ ਕੇ ਆਏ ਹਾਂ ਪ੍ਰੋਪਰ ਅਤੇ ਪ੍ਰੋਪਰ ਜਿਹੜੀ ਹੈਗੀ ਆ ਆਨਰੇਬਲ ਕੋਰਟ ਦੇ ਵਿੱਚ ਵੀ ਉਹਦੀ ਅਸੀਂ ਲਿਖ ਕੇ ਦਿੱਤੀ ਹੈ ਜਿਹੜੀ ਕੋਰਟ ਵੱਲੋਂ ਅਪਰੂਵ ਕੀਤੀ ਗਈ ਹੈ ਇਹ ਵੀ ਗੱਲ ਸਾਹਮਣੇ ਆਈ ਪਰਚਾ ਹੋਣ ਤੋਂ ਬਾਅਦ ਕੋਈ ਬਲੈਕਮੇਲ ਕਰਨ ਦੀ ਕੋਸ਼ਿਸ਼ ਹੋਈ ਜਾਂ ਕੋਈ ਹੋਰ ਬੰਦੇ ਦੀ ਇਨਵੋਲਵਮੈਂਟ ਵੀ ਨਹੀਂ ਸਾਹਮਣੇ ਆਈ ਹੈ ਨਹੀਂ ਹਜੇ ਤੱਕ ਕੋਈ ਨਹੀਂ ਆਈ ਇਨਵੈਸਟੀਗੇਸ਼ਨ ਜਾਰੀ ਹੈ ਰਿਮਾਂਡ ਲੈ ਕੇ ਜਿਹੜਾ ਹੈਗਾ ਜੇਕਰ ਕਿਸੇ ਦਾ ਹੋਰ ਨਾਮ ਆਉਂਦਾ ਤਾਂ ਜਾਂ ਫਰਦਰ ਫੈਕਟਸ ਆਉਂਦੇ ਤਾਂ ਉਸ ਮੁਤਾਬਕ ਜਿਹੜੀ ਹੈਗੀ ਹੈ ਡਿਊਰਿੰਗ ਇਨਵੈਸਟੀਗੇਸ਼ਨ ਕਰ ਰਹੀ ਹੈ ਪੈਸੇ ਦੀ ਡਿਮਾਂਡ ਕੀਤੀ ਗਈ ਸੀ ਇਸ ਮਾਮਲੇ ਲੈ ਕੇ ਲੇਦਰ ਤੁਸੀਂ ਹਾਂਜੀ ਜੋ ਉਹਨਾਂ ਦੀ ਸਟੇਟਮੈਂਟ ਸੀਗੀਆਂ ਜਾਂ ਜੋ ਵੀ ਇਹਨਾਂ ਦੋਨਾਂ ਫੈਮਿਲੀਜ਼ ਦੇ ਵਿੱਚ ਗੱਲਬਾਤ ਹੋਈ ਹੈ ਉਹਦੇ 'ਚ ਜਿਹੜੀ ਹੈਗੀ ਪੈਸਿਆਂ ਦੀ ਡਿਮਾਂਡ ਜਿਹੜੀ ਹੈਗੀ ਕਿੰਨੇ ਪੈਸੇ ਦੀ ਡਿਮਾਂਡ ਗੱਲ ਸਾਹਮਣੇ ਆਈ ਦੋ ਅਲੱਗ ਅਲੱਗ ਸਟੇਜਿਸ 'ਤੇ ਅਲੱਗ ਅਲੱਗ ਡਿਮਾਂਡ ਸੀਗੀ ਵੀ 8 ਲੱਖ ਤੱਕ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਜੀ